ਜੀ ਰਣਜੋਤ ਜੀ, ਅੱਜ ਅਸੀਂ ਆਪਣੇ ਸਰੋਤਿਆਂ ਅੱਗੇ ਜਿੱਦਾਂ ਹਮੇਸ਼ਾ ਸ਼ਬਦ ਲੈ ਕੇ ਆਉਂਦੇ ਨੇ, ਇੱਦਾਂ ਸ਼ਬਦ ਲੈ ਕੇ ਆਏ ਹਾਂ। ਉਸ ਤੋਂ ਪਹਿਲਾਂ ਮੈਂ ਸਾਰੇ ਸਰੋਤਿਆਂ ਦਾ ਬਹੁਤ ਧੰਨਵਾਦ ਕਰੂੰਗੀ ਕਿ ਹਮੇਸ਼ਾ ਤੁਸੀਂ ਇੰਨਾ ਭਰਮਾ ਹੁੰਗਾਰਾ ਦਿੰਦੇ ਹੋ ਅਤੇ ਤੁਸੀਂ ਕਮੈਂਟਸ ਦੇ ਵਿੱਚ ਵੀ ਆ ਕੇ ਸਾਨੂੰ ਦੱਸਦੇ ਹੋ ਕਿ ਤੁਹਾਡੇ ਏਰੀਏ ਦੇ ਵਿੱਚ ਇਹਨਾਂ ਸ਼ਬਦਾਂ ਨੂੰ ਕੀ ਕਹਿੰਦੇ ਆ। ਰਣਜੋਤ ਜੀ, ਕਈ ਵਾਰੀ ਹੁੰਦਾ ਹੈ ਕਿ ਸਾਨੂੰ ਲੱਗਦਾ ਹੈ ਕਿ ਇਹ ਸ਼ਬਦ ਮੈਨੂੰ ਪਤਾ ਆ, ਪਰ ਕਈ ਵਾਰੀ ਇੱਦਾਂ ਹੁੰਦਾ ਕਿ ਉਹ ਦੂਸਰੇ ਬੰਦੇ ਨੂੰ ਨਹੀਂ ਪਤਾ ਹੁੰਦੇ, ਜਾਂ ਜਿਹੜੀ ਚੀਜ਼ ਦੂਸਰੇ ਨੂੰ ਪਤਾ ਹੈ ਜ਼ਰੂਰੀ ਨਹੀਂ ਹੈਗੀ ਕਿ ਉਹ ਸਾਨੂੰ ਵੀ ਪਤਾ ਹੋਵੇ। ਸੋ ਥੈਂਕ ਯੂ ਸਾਰਿਆਂ ਦਾ ਇੰਨਾ ਭਰਮਾ ਹੁੰਗਾਰਾ ਦੇਣ ਦੇ ਲਈ। ਅਤੇ ਅੱਜ ਫਿਰ ਹਮੇਸ਼ਾ ਦੀ ਤਰ੍ਹਾਂ ਸੱਤ ਸ਼ਬਦ ਅਤੇ ਸਾਂਝੇ ਕਰਦੇ ਹਾਂ ਤੁਹਾਡੇ ਨਾਲ। ਸਾਡਾ ਅੱਜ ਦਾ ਪਹਿਲਾ ਸ਼ਬਦ ਆ ਟੋਟਰੂ, ਦੂਸਰਾ ਸ਼ਬਦ ਆ ਠੇਰੀ, ਤੀਸਰਾ ਸ਼ਬਦ ਆ ਠੂਠੀ, ਚੌਥਾ ਜਿਹੜਾ ਸ਼ਬਦ ਆ ਉਹ ਹੈਗਾ ਛਮਾਹੀ, ਪੰਜਵਾਂ ਸ਼ਬਦ ਆ ਜੱਕੜ, ਛੇਵਾਂ ਸ਼ਬਦ ਆ ਉਮਾ, ਅਤੇ ਸੱਤਵਾਂ ਸ਼ਬਦ ਅਸੀਂ ਆਪਣੇ ਫੇਸਬੁੱਕ ਪੇਜ 'ਤੇ ਪਹਿਲਾਂ ਵੀ ਪਾ ਚੁੱਕੇ ਹਾਂ, ਨਿਆਈ ਜਾਂ ਫਿਰਨੀ। ਫਿਰਨੀ ਜਾਂ ਨਿਆਈ ਦੇ ਵਿੱਚ ਕੀ ਫਰਕ ਹੁੰਦਾ ਆ? ਸੋ ਆ ਜਾਓ ਸਾਂਝਾ ਕਰਦੇ ਹਾਂ ਆਪਾਂ ਇਹਨਾਂ ਦੇ ਅਰਥਾਂ ਨੂੰ। ਟੋਟਰੂ ਹੁੰਦਾ ਰਣਜੋਤ ਜੀ ਘੁੱਗੀ ਦਾ ਬੱਚਾ, ਅਤੇ ਦੂਸਰਾ ਸ਼ਬਦ ਸੀ ਠੇਰੀ, ਠੇਰੀ ਹੁੰਦੀ ਆ ਰੇਤਲੇ ਡਿੱਬੇ ਨੂੰ, ਆਪਾਂ ਠੇਰੀ ਵੀ ਕਹਿ ਦਿੰਦੇ ਹਾਂ। ਅਤੇ ਠੂਠੀ ਜੀ, ਸਾਨੂੰ ਸਰੋਤਿਆਂ ਨੇ ਪਹਿਲਾਂ ਵੀ ਦੱਸਿਆ ਕਿ ਠੂਠੀ ਕਹਿੰਦੇ ਆ ਨਾਰੀਅਲ ਦੀ ਜਿਹੜਾ ਅੱਧਾ ਹਿੱਸਾ ਹੁੰਦਾ ਆ ਉਹਨੂੰ। ਅਤੇ ਉਸ ਤੋਂ ਅਗਲਾ ਸ਼ਬਦ ਸੀ ਛਮਾਹੀ, ਛਮਾਹੀ ਹੁੰਦਾ 6 ਮਹੀਨਿਆਂ ਦਾ ਜਿਹੜਾ ਆਪਾਂ ਕਾਊਂਟ ਕਰਦੇ ਹਾਂ, ਜਿਹਦੀ ਗਿਣਤੀ ਹੁੰਦੀ ਹੈ 6 ਮਹੀਨਿਆਂ ਨੂੰ। ਜੱਕੜ ਹੁੰਦਾ ਰਣਜੋਤ ਜੀ, ਜਦੋਂ ਅਸੀਂ ਕੁਛ ਵੀ ਹਾਸੇ ਠੱਠੇ ਦੀਆਂ ਗੱਲਾਂ ਕਰਦੇ ਹਾਂ, ਇਹਨੂੰ ਪੋਜ਼ਿਟਿਵ ਵਿੱਚ ਵੀ ਆਪਾਂ ਲੈ ਸਕਦੇ ਹਾਂ ਅਤੇ ਨੈਗੇਟਿਵ ਵੀ। ਇਹ ਡਿਪੈਂਡ ਕਰਦਾ ਹੁਣ ਜਦੋਂ ਅਸੀਂ ਕੋਈ ਗੱਲ ਕਰਦੇ ਹਾਂ ਕਿ ਤੁਹਾਡੀ ਮਾਨਸਿਕ ਸਥਿਤੀ ਉਸ ਟਾਈਮ 'ਤੇ ਕਿੱਦਾਂ ਹੈ, ਤੁਸੀਂ ਉਹਨੂੰ ਇੱਕ ਉਸ ਇਨਸਾਨ ਨੂੰ ਕੀ ਕਹਿਣਾ ਹੈ ਕਿ ਇਹ ਜੱਕੜ ਮਾਰ ਰਿਹਾ ਜਾਂ ਇਹ ਬਹੁਤ ਚੁਲਬਲਾ ਇਨਸਾਨ ਆ। ਇਹ ਟੋਟਲੀ ਤੁਹਾਡੇ ਉੱਤੇ ਡਿਪੈਂਡ ਕਰਦਾ ਹੈ ਜਦੋਂ ਤੁਸੀਂ ਕਿਸੇ ਨਾਲ ਗੱਲ ਕਰਦੇ ਹਾਂ ਜਾਂ ਕਿਸੇ ਦੀ ਗੱਲ ਸੁਣਦੇ ਹਾਂ, ਤੁਸੀਂ ਉਹਨੂੰ ਕਿੱਦਾਂ ਜੱਜ ਕਰਨਾ ਆ। ਬਿਲਕੁਲ ਜੀ। ਅਤੇ ਉਸ ਤੋਂ ਅਗਲਾ ਸ਼ਬਦ ਸੀ ਉਮਾ। ਉਮਾ ਹੁੰਦਾ ਰਣਜੋਤ ਜੀ ਜਦੋਂ ਜਿਸ ਰਾਤ ਨੂੰ ਚੰਨ ਨਾ ਹੋਵੇ, ਜਾਣੀ ਕਿ ਮੱਸਿਆ ਦੀ ਰਾਤ ਨੂੰ ਆਪਾਂ ਉਮਾ ਕਹਿੰਦੇ ਹਾਂ। ਹੁਣ ਰਣਜੋਤ ਜੀ ਵਾਰੀ ਆਉਂਦੀ ਆ ਫਿਰਨੀ ਅਤੇ ਨਿਆਈ ਦੀ। ਫਿਰਨੀ ਜਿਹੜੀ ਹੁੰਦੀ ਆ ਰਣਜੋਤ ਜੀ, ਪਹਿਲੇ ਸਮੇਂ ਦੇ ਵਿੱਚ ਜਿਹੜੇ ਪਿੰਡ ਸੀਗੇ, ਉਹ ਪਿੰਡ ਦਾ ਜਿਹੜਾ ਨਕਸ਼ਾ ਬਣਦਾ ਹੁੰਦਾ ਸੀਗਾ, ਉਹਦੇ ਆਲੇ ਦੁਆਲੇ ਇੱਕ ਲਾਲ ਲਕੀਰ ਹੁੰਦੀ ਸੀ। ਲਾਲ ਲਕੀਰ ਦੇ ਅੰਦਰ ਅੰਦਰ ਦੇ ਹਿੱਸੇ ਨੂੰ ਆਪਾਂ ਪਿੰਡ ਦੇ ਵਿੱਚ ਗਿਣਦੇ ਹੁੰਦੇ ਸੀਗੇ। ਅਤੇ ਅੱਜ ਕੱਲ੍ਹ ਤਾਂ ਹੁਣ ਬੱਸੋਂ ਵਧੀ ਜਾਂਦੀ ਆ, ਲੋਕ ਪਿੰਡਾਂ ਤੋਂ ਬਾਹਰ ਆਈ ਜਾਂਦੇ ਆ। ਜਦੋਂ ਆਪਾਂ ਜਿਹੜੀ ਲਾਲ ਲਕੀਰ ਹੁੰਦੀ ਸੀ ਉਹਦੇ ਬਾਹਰ ਵਾਲੇ ਹਿੱਸੇ ਨੂੰ, ਜਿਹੜਾ ਰਸਤਾ ਹੁੰਦਾ ਸੀ ਚਾਹੇ ਉਹ ਕੱਚਾ ਹੋਵੇ ਚਾਹੇ ਪੱਕਾ ਹੋਵੇ, ਉਹਨੂੰ ਕਹਿੰਦੇ ਹੁੰਦੇ ਸੀ ਫਿਰਨੀ। ਅਤੇ ਉਸ ਤੋਂ ਜਿਹੜੀ ਲਾਲ ਲਕੀਰ ਦੇ ਅੰਦਰ ਵਾਲਾ, ਹੁਣ ਲਾਲ ਲਕੀਰ ਦੇ ਅੰਦਰ ਰਣਜੋਤ ਜੀ ਜਿੰਨੀ ਵੀ ਜਗ੍ਹਾ ਹੁੰਦੀ ਹੈ ਨਾ, ਉਹਦੀ ਕੋਈ ਵੀ ਜਦੋਂ ਉਹਦੀ ਕੋਈ ਵੀ ਨਾ ਜਿਹੜੀ ਉਹ ਹੁੰਦੀ ਆ ਜਮ੍ਹਾਂਬੰਦੀ ਨਹੀਂ ਹੁੰਦੀ, ਉਹਦਾ ਜਿਹੜਾ ਕੋਈ ਵੀ ਆ ਖਸਰਾ ਨੰਬਰ ਨਹੀਂ ਹੁੰਦਾ। ਸੋ ਉਹਨੂੰ ਜਦੋਂ ਆਪਾਂ ਰਜਿਸਟਰੀ ਕਰਵਾਉਣ ਜਾਂਦੇ ਹਾਂ ਉਹ ਸਾਰਾ ਕੁਛ ਇੱਦਾਂ ਹੀ ਲਿਖਦੇ ਆ, ਵਿੱਚ ਸਟੈਂਪ ਵੀ ਲੱਗਦੀ ਹੈ, ਸਾਰਾ ਕੁਛ ਹੁੰਦਾ ਆ, ਉਹ ਬਸ ਜਗ੍ਹਾ ਜਿਹੜੇ ਪਲਾਟ ਨੰਬਰ ਨਹੀਂ ਹੁੰਦਾ। ਜੇ ਮੈਂ ਸ਼ਹਿਰੀ ਤਰੀਕੇ ਦੇ ਨਾਲ ਇਹਨੂੰ ਐਕਸਪਲੇਨ ਕਰਾਂ, ਨਾ ਸੌਖੇ ਤਰੀਕੇ ਦੇ ਨਾਲ ਐਕਸਪਲੇਨ ਕਰਾਂ, ਉਹਦਾ ਕੋਈ ਨੰਬਰ ਨਹੀਂ ਹੁੰਦਾ, ਅਤੇ ਉਹ ਪਿੰਡ ਦੇ ਅੰਦਰ ਵਾਲੀ ਜਗ੍ਹਾ ਹੁੰਦੀ ਹੈ, ਅਤੇ ਬਾਹਰ ਵਾਲੀ ਜਿਹੜੀ ਹੋ ਗਿਆ ਰਸਤਾ ਉਹ ਹੋ ਗਈ ਫਿਰਨੀ। ਸੋਰੀ ਜੀ ਜੀ। ਸੋ ਨਿਆਈ ਹੁੰਦੀ ਆ ਰਣਜੋਤ ਜੀ ਜਿਹੜੀ ਆਪਾਂ ਉਪਜਾਊ ਜ਼ਮੀਨ ਹੁੰਦੀ ਆ, ਫਿਰਨੀ ਦੇ ਨੇੜੇ ਜਿਹੜੀ ਉਪਜਾਊ ਜ਼ਮੀਨ ਆ ਉਹਨੂੰ ਕਹਿੰਦੇ ਆ ਨਿਆਈ। ਹੁਣ ਰਣਜੋਤ ਜੀ ਫਿਰਨੀ ਸਾਨੂੰ ਸਰੋਤਿਆਂ ਨੇ ਦੱਸਿਆ, ਇਹ ਜਿੱਦਾਂ ਮੈਂ ਤੁਹਾਨੂੰ ਕਹਿੰਦੀ ਸੀਗੀ ਕਿ ਜਿੱਦਾਂ ਅਸੀਂ ਸੋਚਦੇ ਹਾਂ ਉੱਦਾਂ ਹੀ ਸਾਨੂੰ ਜਿੰਨਾ ਕੁ ਸਾਨੂੰ ਪਤਾ ਹੁੰਦਾ ਸੀ ਉੱਨਾ ਕੁ ਅਸੀਂ ਅੱਗੇ ਦੱਸਦੇ ਹਾਂ ਨਾ। ਜਿਹੜੀ ਫਿਰਨੀ ਹੁੰਦੀ ਹੈ, ਫਿਰ ਪੰਜਾਬੀ ਇੱਕ ਬਹੁਤ ਵਿਸ਼ਾਲ ਘੇਰਾ ਆ, ਇੰਨਾ ਛੋਟਾ ਨਹੀਂ ਹੈਗਾ ਸਾਡੀ ਭਾਸ਼ਾ। ਫਿਰਨੀ ਉਹ ਵੀ ਹੁੰਦੀ ਹੈ ਜਿਹੜੀ ਆਪਾਂ ਮਿੱਠਾ ਖਾਂਦੇ ਹਾਂ, ਜਦੋਂ ਆਪਾਂ ਚੌਲਾਂ ਨੂੰ ਪੀਸ ਕੇ ਜਿਹੜੀ ਆ ਖੀਰ ਬਣਾਉਂਦੇ ਹਾਂ ਉਹਨੂੰ ਵੀ ਫਿਰਨੀ ਕਹਿੰਦੇ ਆ, ਜਾਂ ਫਿਰ ਰਣਜੋਤ ਜੀ ਕਈ ਵਾਰ ਆਪਾਂ ਇਹ ਵੀ ਕਹਿ ਦਿੰਦੇ ਹਾਂ ਕਿ ਤੇਰੇ ਡਾਂਗ ਫਿਰਨੀ ਆ, ਤੇਰੇ ਜੁੱਤੀ ਫਿਰਨੀ ਆ।
ਇਹ ਇਹ ਤਰੀਕੇ ਆ ਆਪਣੇ ਜਿਹੜੇ ਆ ਗੱਲ ਨੂੰ ਕਿਸੇ ਨੂੰ ਕਹਿਣ ਦੇ ਡਿਫਰੈਂਟ ਡਿਫਰੈਂਟ ਜ਼ਬਾਨੋਂ ਕੋ ਫਿਰ ਗਿਆ ਤੇ ਫਿਰ ਗਿਆ ਹਾਂਜੀ ਹਾਂ ਮੇਰੀ ਜ਼ਬਾਨ ਨਹੀਂ ਫਿਰਨੀ ਅਸੀਂ ਇਹ ਵੀ ਕਹਿ ਦਿੰਦੇ ਹਾਂ ਕਿ ਮੇਰੀ ਜ਼ਬਾਨ ਨਹੀਂ ਫਿਰਨੀ ਤੂੰ ਦੇਖ ਲਈ ਮੈਂ ਅੱਜ ਤੋਂ 5-10 ਸਾਲਾਂ ਬਾਅਦ ਵੀ ਇਸੇ ਗੱਲ ਤੇ ਇੱਦਾਂ ਹੀ ਖੜਾ ਰਹੂੰਗਾ ਜੀ ਜੀ ਤੇ ਮੈਂ ਸਾਰੇ ਸਰੋਤਿਆਂ ਦਾ ਧੰਨਵਾਦ ਕਰਦੀ ਹਾਂ ਜਿਹੜੇ ਸਾਨੂੰ ਇੰਨਾ ਵਧੀਆ ਹੰਗਾਰਾ ਦੇ ਰਹੇ ਆ ਰਹਿ ਗਿਆ ਜੀ ਹਾਂਜੀ ਨਿਆਈ ਰਣਜੋਤ ਜੀ ਮੈਂ ਵੈਸੇ ਦੱਸ ਦਿੱਤਾ ਪਹਿਲਾਂ ਨਿਆਈ ਹੁੰਦੀ ਹੈ ਜਿਹੜੀ ਉਹ ਹਾਂਜੀ ਹਾਂ ਮਾਫੀ ਚਾਹੁੰਦਾ ਜੀ ਜੀ ਤੇ ਥੈਂਕ ਯੂ ਸੋ ਮੱਚ ਥੈਂਕ ਯੂ ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਤੁਸੀਂ ਇੰਨਾ ਵਧੀਆ ਐਪਰੀਸ਼ੀਏਟ ਕਰਦੇ ਹੋ ਤੁਹਾਡੇ ਪੋਜ਼ਿਟਿਵ ਨੈਗੇਟਿਵ ਜਿੱਦਾਂ ਵੀ ਹੁੰਦਾ ਅਸੀਂ ਉਹਨਾਂ ਨੂੰ ਹਮੇਸ਼ਾ ਪੋਜ਼ਿਟਿਵ ਲੈ ਕੇ ਚੱਲਾਂਗੇ ਅਤੇ ਜਿੰਨੇ ਵੀ ਤੁਸੀਂ ਸਾਨੂੰ ਕਮੈਂਟਸ ਕਰਦੇ ਹੋ ਉਹ ਸਾਨੂੰ ਹੋਰ ਮੋਟੀਵੇਟ ਕਰਦੇ ਆ ਅਗਲੀ ਵਾਰੀ ਹੋਰ ਵਧੀਆ ਕਰਨ ਦੀ ਜੋ ਵੀ ਅਸੀਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਉਹ ਸਾਰਾ ਕੁਛ ਕਿਤੇ ਉਹ ਵੀ ਸੁਣਿਆ ਸੁਣਾਇਆ ਨਹੀਂ ਹੈਗਾ ਉਹ ਹਮੇਸ਼ਾ ਅਸੀਂ ਬੁੱਕਸ ਦਾ ਬੁੱਕਸ ਤੋਂ ਪੜ੍ਹਦੇ ਹਾਂ ਪਹਿਲਾਂ 2-3 ਕਿਤਾਬਾਂ ਨੂੰ ਰਣਜੋਤ ਜੀ ਜਦੋਂ ਵੀ ਮੈਂ ਕੋਈ ਸ਼ਬਦ ਲੈ ਕੇ ਆਉਂਦੀ ਹਾਂ ਮੇਰੇ ਕੋਲ 2-3 ਕਿਤਾਬਾਂ ਆ ਮਹਾਨ ਕੋਸ਼ ਹੋ ਗਿਆ ਜਾਂ ਫਿਰ ਸ਼ਬਦਾਰਥ ਹੋ ਗਿਆ ਬਹੁਤ ਸਾਰੀਆਂ ਪੰਜਾਬੀ ਦੀ ਇੱਦਾਂ ਦੀਆਂ ਬੁੱਕਸ ਹੈ ਜਿਨ੍ਹਾਂ ਵਿੱਚੋਂ 2-3 ਨੂੰ ਇਕੱਠਾ ਕਰਕੇ ਫਿਰ ਮੈਂ ਦੇਖਦੀ ਹਾਂ ਵੀ ਸਹੀ ਆ ਅਤੇ ਫਿਰ ਹੀ ਅਸੀਂ ਆਪਣੇ ਸਰੋਤਿਆਂ ਦੇ ਨਾਲ ਜਿਹੜਾ ਸ਼ੇਅਰ ਕਰਦੇ ਹਾਂ ਪਰ ਫਿਰ ਵੀ ਕਿਤੇ ਨਾ ਕਿਤੇ ਅਸੀਂ ਵੀ ਇਨਸਾਨ ਹਾਂ ਸਾਡੇ ਤੋਂ ਵੀ ਗਲਤੀ ਹੋ ਜਾਂਦੀ ਆ ਸਾਡੀ ਗਲਤੀ ਦਾ ਅਹਿਸਾਸ ਕਰਵਾਉਣ ਲਈ ਥੈਂਕ ਯੂ